ਜੋਆ ਬੰਨ ਟੁੱਟਿਆ ਜਿਹਦੇ ਕਰਕੇ ਸਾਰਾ ਜਲਥਲ ਹੋ ਚੁੱਕਿਆ, ਪਾਣੀ ਹੀ ਪਾਣੀ ਆ। ਇਹ ਦੇਖੋ ਤੁਸੀਂ, ਇੱਥੋਂ ਤੋਂ ਟੁੱਟਿਆ ਆ ਪੂਰੀ ਸੜਕ। ਇਹ ਸੜਕ ਉਹ ਦੂਜੀ ਸੜਕ ਨੂੰ ਜੋੜਦੀ ਸੀਗੀ। ਇਹਨੂੰ ਤੁਸੀਂ ਬੰਨ ਕਿਹਾ ਜਾਂਦਾ, ਜਿਹੜਾ ਬਹੁਤ ਮਸ਼ਹੂਰ ਆ। 2019 'ਚ ਟੁੱਟਿਆ, 92 'ਚ ਟੁੱਟਿਆ, 2000 'ਚ ਟੁੱਟਿਆ, 88 'ਚ ਟੁੱਟਿਆ। ਇਹ 4-5 ਵਾਰ ਟੁੱਟ ਚੁੱਕਿਆ। ਆਹ ਦੇਖੋ ਤੁਸੀਂ, ਆਹ ਦੇਖੋ ਬੰਨ। ਇੱਥੋਂ ਜੇ ਗੌਰ ਨਾਲ ਦੇਖੋਗੇ, ਦੇਖੋ ਕਿਵੇਂ ਸਫੈਦੇ ਟੁੱਟੇ ਨੇ, ਕਿਵੇਂ ਇੱਥੋਂ ਸਾਰੀਆਂ ਕੋਠੇ ਸਾਰੇ ਬਿਲਕੁਲ, ਜਿਹੜੇ ਮੋਟਰਾਂ ਵਾਲੇ ਨੇ ਉਹ ਬਿਲਕੁਲ ਹੀ ਢੱਕੇ ਜਾ ਚੁੱਕੇ ਨੇ। ਨਹੀਂ, ਇਹਦਾ ਬਦਲ ਨਹੀਂ ਸੀ ਕੋਈ ਵੀ, ਕਿਉਂਕਿ ਜਿਹੜਾ ਬਹੁਤ ਵੱਡਾ ਪਾਣੀ ਜ਼ਿਆਦਾ ਹੋਣ ਕਾਰਨ ਅਤੇ ਕੋਈ ਵੀ ਉਹਦੇ ਤੋਂ ਬੰਨਣ ਦਾ ਹਜੇ ਤੱਕ ਤਾਂ ਕਿਸੇ ਨੇ ਬੰਨਣ ਦੀ ਕੋਸ਼ਿਸ਼ ਨਹੀਂ ਕੀਤੀ। ਪਾਣੀ ਥੱਲੇ ਜਾਊਗਾ, ਫੇਰ ਵੱਜੂਗਾ, ਅਤੇ ਪਹਿਲਾਂ ਇੰਨਾ ਟਾਈਮ ਹੀ ਨਹੀਂ ਦਿੱਤਾ ਪਾਣੀ ਨੇ, ਦਿੱਤਾ ਹੀ ਨਹੀਂ ਟਾਈਮ। ਤੁਸੀਂ ਬੰਨ ਜਦੋਂ ਟੁੱਟਿਆ ਤਾਂ ਬਹੁਤ ਸਾਰੇ ਪਿੰਡਾਂ 'ਤੇ ਮਾਰ ਪਈ, ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ। ਤੁਸੀਂ ਬੰਨ ਕਿਵੇਂ ਟੁੱਟਿਆ, ਤੁਸੀਂ ਬੰਨ ਦੇ ਹਾਲਾਤ ਕੀ ਨੇ? ਆਹ ਅਸੀਂ ਜਾ ਰਹੇ ਹਾਂਗੇ ਇੱਕ ਪਿੰਡ ਤੋਂ ਦੂਜੇ ਪਿੰਡ। ਆ ਸਾਹਮਣੇ ਇੱਥੇ ਅਸੀਂ ਦੇਖੋ, ਇੱਥੋਂ ਟੁੱਟ ਕੇ ਇੱਧਰੋਂ ਇੱਧਰਲੇ ਪਾਸੇ ਆਹ ਟੁੱਟਿਆ ਗਾ, ਇਹ ਟੁੱਟਿਆ। ਸਤਲੁਜ ਦਾ ਏਰੀਆ ਇਹ, ਔਰ ਧੱਕਾ ਬਸਤੀ ਅੱਗੇ ਪਿੰਡ ਆ, ਪਿਛਲਾ ਪਿੰਡ ਸੀਗਾ ਚੋਲੀਆਂ। ਤਾਂ ਚੋਲੀਆਂ ਅਤੇ ਧੱਕਾ ਬਸਤੀ ਦੋ ਪਿੰਡਾਂ ਦੇ ਵਿਚਕਾਰ ਤੁਸੀਂ ਦੇਖ ਰਹੇ ਹੋ, ਇੱਧਰਲੇ ਪਾਸਿਓਂ ਤੋਂ ਇੱਧਰਲੇ ਪਾਸਿਓਂ ਆਹ ਬੰਨ ਟੁੱਟਿਆ, ਜਿਹਦੇ ਕਰਕੇ ਸਾਰਾ ਜਲਥਲ ਹੋ ਚੁੱਕਿਆ, ਪਾਣੀ ਹੀ ਪਾਣੀ ਆ। ਤੁਸੀਂ ਦੇਖੋ ਦੂਜੇ ਪਾਸੇ, ਇੱਥੋਂ ਤੁਸੀਂ ਬੰਨ ਟੁੱਟਿਆ ਗਾ, ਇਹ ਤੁਸੀਂ ਬੰਨ ਟੁੱਟਿਆ ਇੱਧਰਲੇ ਪਾਸਿਓਂ, ਅਤੇ ਦੂਜਾ ਪਾਸਾ ਇੱਧਰਲੇ ਪਾਸੇ। ਬੋਟ ਜੇ ਅਸੀਂ ਨੇੜੇ ਲਿਆਵਾਂਗੇ ਤਾਂ ਦਿਖਾਈਏ ਨੇੜੇ ਲਿਆ ਕੇ ਵੀ ਕਿਵੇਂ ਇਲਾਕਾ ਤੁਸੀਂ ਦੇਖ ਰਹੇ ਹੋ। ਬੋਟ ਦੇ ਉੱਤੇ ਅਸੀਂ ਤੁਹਾਨੂੰ ਕਵਰੇਜ ਕਰਕੇ ਦਿਖਾ ਰਹੇ ਹਾਂ ਤਾਂ ਕਿ ਪਤਾ ਲੱਗੇ ਹਾਲਾਤ ਕੀ ਨੇ। ਇਹ ਦੇਖੋ ਤੁਸੀਂ, ਇੱਥੋਂ ਤੋਂ ਟੁੱਟਿਆ ਆ ਪੂਰੀ ਸੜਕ। ਇਹ ਸੜਕ ਉਹ ਦੂਜੀ ਸੜਕ ਨੂੰ ਜੋੜਦੀ ਸੀਗੀ, ਦੂਜੇ ਪਾਸੇ ਦੇਖੋਗੇ ਦੂਜੀ ਸੜਕ ਨੂੰ ਜੋੜਦੀ ਸੀ। ਇਹਨੂੰ ਤੁਸੀਂ ਬੰਨ ਕਿਹਾ ਜਾਂਦਾ, ਜਿਹੜਾ ਬਹੁਤ ਮਸ਼ਹੂਰ ਆ। 2019 'ਚ ਟੁੱਟਿਆ, 92 'ਚ ਟੁੱਟਿਆ, 2000 'ਚ ਟੁੱਟਿਆ, 88 'ਚ ਟੁੱਟਿਆ। ਇਹ 4-5 ਵਾਰ ਟੁੱਟ ਚੁੱਕਿਆ ਅਤੇ ਲੋਕ ਵਿਚਾਰੇ ਪਰੇਸ਼ਾਨ ਨੇ। ਪਿਛਲੇ ਪਾਸੇ ਦੇਖੋ, ਲੋਕ ਉੱਧਰ ਖੜ੍ਹੇ ਨੇ। ਜੇ ਤੁਸੀਂ ਦੇਖੋਗੇ ਉੱਧਰਲੇ ਪਾਸੇ ਜਾ ਕੇ ਦੇਖੋਗੇ ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਉਹ ਨੇ, ਅਤੇ ਕਿਵੇਂ ਇੱਥੇ ਆਲੇ ਦੁਆਲੇ ਦੇ ਪਿੰਡੇ ਦੋ ਪਿੰਡ ਚੋਲੀਆਂ ਅਤੇ ਜਿਹੜਾ ਧੱਕਾ ਬਸਤੀ ਦੋ ਪਿੰਡ ਨੇ, ਦੋ ਪਿੰਡਾਂ ਦੇ ਵਿਚਕਾਰ ਆ ਤੁਸੀਂ ਬੰਨ। ਜਿਹੜਾ ਹੋਰ ਵੀ ਬਹੁਤ ਸਾਰੇ ਆਲੇ ਦੁਆਲੇ ਪਿੰਡ ਨੇ, 20-25 ਪਿੰਡ ਨੇ ਜਿਹੜੇ ਇਸ ਇਲਾਕੇ ਦੇ ਪ੍ਰਭਾਵਿਤ ਹੋਏ ਨੇ। ਆਹ ਦੇਖੋ ਤੁਸੀਂ, ਆਹ ਦੇਖੋ ਬੰਨ। ਇੱਥੋਂ ਜੇ ਗੌਰ ਨਾਲ ਦੇਖੋਗੇ, ਦੇਖੋ ਕਿਵੇਂ ਸਫੈਦੇ ਟੁੱਟੇ ਨੇ, ਕਿਵੇਂ ਇੱਥੋਂ ਸਾਰੀਆਂ ਕੋਠੇ ਸਾਰੇ ਬਿਲਕੁਲ, ਜਿਹੜੇ ਮੋਟਰਾਂ ਵਾਲੇ ਨੇ ਉਹ ਬਿਲਕੁਲ ਹੀ ਢੱਕੇ ਜਾ ਚੁੱਕੇ ਨੇ, ਅਤੇ ਕਿਸ ਤਰ੍ਹਾਂ ਦੇ ਹਾਲਾਤ ਨੇ। ਸਫੈਦੇ ਟੁੱਟੇ ਹੋਏ ਨੇ ਸਾਰੇ ਸਾਧਨ। ਇੱਥੋਂ ਇਹ ਪਾਣੀ ਟੁੱਟਣਾ, ਸਤਲੁਜ ਦਾ ਪਾਣੀ ਇਹ ਪਿੰਡਾਂ 'ਚ ਵੱਜ ਗਿਆ, ਸਤਲੁਜ ਦਰਿਆ ਦਾ ਪਾਣੀ ਇਹਨਾਂ ਪਿੰਡਾਂ 'ਚ ਵੜਿਆ, ਅਤੇ ਹਾਲਾਤ ਵੱਧ ਤੋਂ ਬੱਤਰ ਹੋ ਗਏ। ਅਤੇ ਲੋਕ ਤੁਸੀਂ ਦੇਖ ਰਹੇ ਹੋ ਸਾਹਮਣੇ ਆ ਕਿਵੇਂ ਖੰਭੇ ਟੁੱਟੇ ਪਏ ਨੇ, ਆ ਤਾਰਾਂ ਦੇਖ ਸਕਦੇ ਹੋ ਸਾਹਮਣੇ ਕਿਵੇਂ ਟੁੱਟੀਆਂ ਪਈਆਂ, ਕਿੰਨੀਆਂ ਨੀਵੀਆਂ ਨੇ ਆ ਤਾਰਾਂ, ਬਿਜਲੀ ਦੀਆਂ ਤਾਰਾਂ ਦੇਖੋ ਕਿਵੀਆਂ ਨੀਵੀਆਂ ਨੇ। ਤਾਂ ਤੁਸੀਂ ਬੰਦਾ ਇਹ ਏਰੀਆ, ਅਤੇ ਇੱਧਰਲੇ ਪਾਸੇ ਹੁਣ ਮੈਂ ਕਹੂੰਗਾ, ਇੱਥੋਂ ਅਗਰ ਕੈਮਰਾਮੈਨ ਦਿਖਾਉਣਗੇ ਸਾਹਮਣੇ ਦੇਖੋ ਉਹ ਖੜੇ ਆ ਲੋਕ। ਆਹਾਂ ਇੱਥੋਂ ਤੁਸੀਂ ਹੁਣ ਕਲੋਜ਼ ਕਰਕੇ ਜੇ ਦਿਖਾਓਗੇ ਇੱਧਰਲੇ ਪਾਸੇ ਇੱਥੋਂ ਇੰਨਾ, ਤਾਂ ਇਹਨੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਮਾਹੌਲ ਇੱਥੇ ਪੈਦਾ ਕੀਤਾ ਹੋਇਆ। 25-30 ਪਿੰਡ ਨੇ ਜਿਹੜੇ ਇੱਥੋਂ ਦੇ ਉਹ ਪ੍ਰਭਾਵਿਤ ਨੇ, ਕੁਛ ਜ਼ਿਆਦਾ ਡੁੱਬੇ ਹੋਏ ਨੇ। ਮਨਜੋਤ ਬਾਈ ਟੋਟਲ ਕਿੰਨੇ ਪਿੰਡ ਨੇ ਇੱਥੋਂ? ਤਕਰੀਬਨ ਮਾਰ 20-25 ਪਿੰਡਾਂ ਦੇ ਤਕਰੀਬਨ ਹੋ ਚੁੱਕੀ ਆ ਜੀ। ਬਾਈ ਜਦੋਂ ਟੁੱਟਿਆ ਤੁਸੀਂ ਬੰਨ, ਲੋਕਾਂ ਨੇ ਉਦੋਂ ਪਹਿਲਾਂ ਕੋਈ ਇੰਤਜ਼ਾਮ ਕੀਤੇ? ਹਰ ਵਾਰ ਟੁੱਟਦਾ ਇਹ, ਲੱਗਿਆ ਹੋਇਆ ਸੀ ਐਡਮਿਨਿਸਟ੍ਰੇਸ਼ਨ ਜਾਂ ਖਾਲੀ ਪਿਆ ਸਾਰਾ ਕੁਛ? ਬਿਲਕੁਲ, ਪਾਣੀ ਵੀ ਇੰਨਾ ਚੜ੍ਹਿਆ ਵੀ ਕੋਈ ਉਹਦਾ ਅਲਟਰਨੇਟਿਵ ਨਹੀਂ ਸੀ, ਨਹੀਂ ਇਹਦਾ ਬਦਲ ਨਹੀਂ ਸੀ ਕੋਈ ਵੀ, ਕਿਉਂਕਿ ਜਿਹੜਾ ਬਹੁਤ ਵੱਡਾ ਪਾਣੀ ਜ਼ਿਆਦਾ ਹੋਣ ਕਾਰਨ ਅਤੇ ਕੋਈ ਵੀ ਉਹਦੇ ਤੋਂ ਬੰਨਣ ਦਾ ਹਜੇ ਤੱਕ ਤਾਂ ਕਿਸੇ ਨੇ ਬੰਨਣ ਦੀ ਕੋਸ਼ਿਸ਼ ਨਹੀਂ ਕੀਤੀ। ਪਾਣੀ ਥੱਲੇ ਜਾਊਗਾ, ਫੇਰ ਵੱਜੂਗਾ, ਅਤੇ ਪਹਿਲਾਂ ਇੰਨਾ ਟਾਈਮ ਹੀ ਨਹੀਂ ਦਿੱਤਾ ਪਾਣੀ ਨੇ, ਦਿੱਤਾ ਹੀ ਨਹੀਂ ਟਾਈਮ। ਦੇਖੋ ਤਾਰਾਂ, ਮੈਂ ਤੁਹਾਨੂੰ ਇੱਧਰਲੇ ਪਾਸੇ ਦਿਖਾਉਂਦਾ ਨਾ ਖੰਭਿਆਂ ਦੀਆਂ, ਇੱਥੋਂ ਤੁਹਾਨੂੰ ਅਹਿਸਾਸ ਹੋਊਗਾ ਕਿਵੇਂ ਤਾਰਾਂ ਨੇ ਜਿਹੜੀਆਂ ਉਹ ਟੁੱਟ ਚੁੱਕੀਆਂ ਨੇਗੀਆਂ। ਇੱਥੋਂ ਤਾਰਾਂ ਸਾਰੀਆਂ ਟੁੱਟ ਚੁੱਕੀਆਂ ਨੇ। ਮਨਜੋਤ ਬਾਈ ਜੀ ਹੋਰਾਂ ਦੀ ਐਨ ਜੀ ਓ ਲਗਾਤਾਰ ਇੱਥੇ ਕੰਮ ਕਰ ਰਹੀ ਹੈਗੀ, ਅਤੇ ਹਾਲਾਤ ਨੇ ਜਿਹੜੇ ਉਹ ਵੱਧ ਤੋਂ ਬੱਤਰ ਬਣੇ ਹੋਏ ਨੇ। ਆ ਸਾਹਮਣੇ ਘਰ ਦੇਖ ਲਓ ਤੁਸੀਂ, ਤੁਸੀਂ ਬੰਨ ਨੇ ਕਿਵੇਂ ਪਿੰਡਾਂ ਨੂੰ ਪ੍ਰਭਾਵਿਤ ਕੀਤਾ, ਕਿਵੇਂ ਇਹ ਤਾਂ ਬਾਈ ਹਜੇ ਇੱਥੇ ਵੀ ਸਮਾਨ ਦੇਖੋ, ਆ ਘਰਾਂ ਦੇ ਉੱਪਰ ਵੀ ਸਮਾਨ, ਜਿਵੇਂ ਅਸੀਂ ਪਹਿਲਾਂ ਸਟੋਰੀ ਦਿਖਾਈ ਕਿ ਆਲੇ ਦੁਆਲੇ ਕਿਵੇਂ ਉਹ ਹੋਇਆ, ਇਹ ਵੀ ਸਾਰੇ ਪਿੰਡਾਂ ਦੇ ਟੈਂਟ ਲੱਗੇ ਨੇ, ਕਿਵੇਂ ਸਾਰਾ ਸਮਾਨ ਪਿਆ ਉਹ ਤੁਸੀਂ ਦੇਖ ਰਹੇ ਹੋਗੇ। ਤਾਂ ਮਨਜੋਤ ਬਾਈ ਜੀ ਕੀ ਲੱਗਦਾ ਕਿੰਨੇ ਕੁ ਦਿਨ ਤੁਹਾਡਾ ਅੰਦਾਜ਼ਾ ਤੋਂ, ਕਿ ਤੁਸੀਂ 19 ਦੇਖਿਆ ਹੋਇਆ, ਕਿੰਨੇ ਦਿਨ ਹੋਰ ਸੰਕਟ ਦੇ ਨੇ? ਸੰਕਟ ਦੇ ਇਹਨਾਂ ਲਈ ਤਾਂ ਬਹੁਤ ਜ਼ਿਆਦਾ ਦਿਨ ਆ, ਕਿਉਂਕਿ ਇਹ ਪਾਣੀ ਹੌਲੀ ਸਿੱਕਣ ਦਾ, ਹਾਂ ਨਿਕਲਣ ਤੋਂ ਬਾਅਦ, ਕਿਉਂਕਿ ਪਾਣੀ ਨਿਕਲਣ ਨੂੰ ਵੀ ਜਿੰਨਾ ਇੰਨਾ ਇੰਨਾ ਪਾਣੀ ਇੱਕ ਮਹੀਨੇ ਬੱਧੀ ਇਹ ਨਹੀਂ ਜਾਣਾ, ਮਹੀਨਾ ਤਾਂ ਕਿਤੇ ਨਹੀਂ ਜਾਊਗਾ। ਪਰ ਉਹ ਤੋਂ ਬਾਅਦ ਜਿਹੜਾ ਹਾਲਾਤ ਜਿਹੜੇ ਆ ਜ਼ਮੀਨ ਦੇ ਨਾਂ 'ਤੇ, ਇਹਨਾਂ ਤੋਂ ਝੋਨਾ ਤਾਂ ਗਿਆ ਹੁਣ, ਕਣਕ ਵੀ ਬਹੁਤ ਦੂਰ ਜਾ ਕੇ ਬੀਜੀ ਜਾਣੀ ਆ ਜੇ ਜ਼ਮੀਨ ਸਹੀ ਰਹੂਗੀ ਤਾਂ, ਨਹੀਂ ਤਾਂ ਬਹੁਤ ਔਖਾ ਇਹਨਾਂ ਦੇ ਲਈ। ਹਾਂਜੀ, ਇਹ ਹਾਲਾਤ ਨੇ ਇੱਥੋਂ, ਅਰਦਾਸ ਕਰਨ ਵਾਲੀਆਂ ਤਸਵੀਰਾਂ ਨੇ, ਪਾਣੀ ਕਿਸ ਤਰ੍ਹਾਂ ਪੰਜਾਬ ਦੇ ਨਾਲ
एक और रिश्ता भी रखता जिहड़ा पंजाब नूं जिउंदा रखता जिहड़ा पंजाब दी लाइफ लाइन आ ते पानी किवें पंजाब नूं बर्बाद करता ये कहानियां तुसीं लगातार मेरी रिपोर्टिंग च देख रहे हो।